ਸਤਿ ਸ਼੍ਰੀ ਅਕਾਲ ਦਾ ਖਾਲਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਓਕੜੀ ਆ ਚੁੱਕੀ ਹੈ ਜਿਸ ਦਾ ਸਿਆਸੀ ਪਾਰਟੀਆਂ ਨੂੰ ਕਾਫੀ ਇੰਤਜ਼ਾਰ ਰੰਦਾ ਯਾਨੀ ਕਿ ਚੋਣਾਂ ਦਾ ਜਲੰਧਰ ਲੋਕ ਸਭਾ ਦੇ ਲਈ ਜ਼ਿਮਨੀ ਚੋਣ ਦਾ ਐਲਾਨ ਹੋ ਚੁੱਕਿਆ ਤਰੀਕਾਂ ਐਲਾਨ ਦਿੱਤੀਆਂ ਨੇ ਇਲੈਕਸ਼ਨ ਕਮਿਸ਼ਨ ਵੱਲੋਂ ਤਾਂ ਸਭ ਤੋਂ ਪਹਿਲਾਂ ਜੇਕਰ ਦੇਖਿਆ ਜਾਵੇ ਤਾਂ ਜਲੰਧਰ ਦੇ ਵਿੱਚ ਜ਼ਿਮਨੀ ਚੋਣ ਦੇ ਲਈ 10 ਮਈ ਨੂੰ VOTING ਹੋਵੇਗੀ 13 ਮਈ ਨੂੰ ਜਿਹੜੇ ਆ ਨਤੀਜੇ ਐਲਾਨ ਦਿੱਤੇ ਜਾਣਗੇ ਇਸ ਦੇ ਦੌਰਾਨ 13 ਅਪ੍ਰੈਲ ਤੋਂ ਨੋਟੀਫਿਕੇਸ਼ਨ ਸ਼ੁਰੂ ਹੋ ਜਾਵੇਗਾ ਯਾਨੀ ਕਿ ਨਾਮਜ਼ਦਗੀਆਂ ਜਾਂ ਕਾਗਜ਼ ਭਰਨ ਦੀਆਂ ਤਰੀਕਾਂ 13 April ਤੋਂ ਸ਼ੁਰੂ ਹੋ ਜਾਣਗੀਆਂ ਇਸ ਤੋਂ ਬਾਅਦ ਫਿਰ 20 April ਨੂੰ ਨਾਮਜ਼ਦਗੀ ਭਰਨ ਦਾ ਆਖਰੀ ਦਿਨ ਹੋਵੇਗਾ 21 April ਨੂੰ ਕਾਗਜ਼ ਜੋ ਜਮ੍ਹਾਂ ਕਰਵਾਏ ਗਏ ਨੇ ਉਹਨਾਂ ਦੀ ਪੜਤਾਲ ਹੋਵੇਗੀ ਛਾਂਟੀ ਹੋਵੇਗੀ ਤੇ 24 April ਨੂੰ ਜਿਨ੍ਹਾਂ ਉਮੀਦਵਾਰਾਂ ਨੂੰ ਚਾਹਵਣ ਹੋਣਗੇ ਨਹੀਂ ਚੋਣ ਲੜਨ ਦੇ ਉਹ ਆਪਣੇ ਨਾਮਜ਼ਦਗੀਆਂ ਵਾਪਸ ਲੈ ਸਕਦੇ ਨੇ ਤਾਂ ਇਸ ਵਿਚਾਲੇ ਹੁਣ तरीका ਦਾ ਐਲਾਨ ਹੋ ਚੁੱਕਿਆ 10 ਮਈ ਨੂੰ ਜਲੰਧਰ ਦੇ ਵਿੱਚ VOTING ਹੋਵੇਗੀ ਜਲੰਧਰ ਜ਼ਿਮਨੀ ਚੋਣ ਹੋਵੇਗੀ ਲੋਕ ਸਭਾ ਦੇ ਲਈ ਲੋਕ ਸਭਾ ਸੀਟ ਦੇ ਲਈ ਔਰ 13 ਮਈ ਨੂੰ ਇਸ ਦੇ ਚੋਣ ਨਤੀਜੇ ਐਲਾਨ ਦਿੱਤੇ ਜਾਣਗੇ 13 ਤਰੀਕ ਤੋਂ ਜਿਹੜਾ ਕਾਗਜ਼ ਭਰਨ ਦੀ ਤਰੀਕਾਂ ਸ਼ੁਰੂ ਹੈ ਤੇ 20 ਤਰੀਕ ਤੱਕ ਆਪਣੀਆਂ ਨਾਮਜ਼ਦਗੀਆਂ ਦਾਖਲ ਕੀਤੀਆਂ ਜਾ ਸਕਦੀਆਂ ਨੇ ਤੇ 21 ਅਪ੍ਰੈਲ ਨੂੰ ਕਾਗਜ਼ਾਂ ਦੀ ਪੜਤਾਲ ਹੋਵੇਗੀ ਜੋ ਦਾਖਲ ਕਰਵਾਏ ਗਏ ਨੇ 24 ਅਪ੍ਰੈਲ ਨੂੰ ਜਿਹੜੇ ਉਮੀਦਵਾਰ ਚਾਹਤੇ ਨੇ ਕਿ ਅਸੀਂ ਨਹੀਂ ਚੋਣ ਲੜਨੀ ਉਹ ਆਪਣੇ ਨਾਮਜ਼ਦਗੀ ਜੋ ਆਪਣੇ ਫਾਈਲ ਦਿੱਤੀ ਹੋਏਗੀ ਉਹ ਵਾਪਸ ਲੈ ਸਕਦੇ ਆ ਤਾਂ 14 ਮਾਫ ਕਰਨਾ 10 ਮਈ ਤੋਂ ਇਲੈਕਸ਼ਨ ਹੈ ਤੇ 13 ਮਈ ਨੂੰ ਨਤੀਜੇ ਐਲਾਨ ਦਿੱਤੇ ਜਾਣਗੇ ਲੋਕ ਸਭਾ ਦੀ ਜਿਹੜੀ ਚੋਣ ਹੋ ਰਹੀ ਹੈ ਇਹ ਕਾਂਗਰਸ ਦੇ ਜਿਹੜੇ ਸੰਸਦ ਮੈਂਬਰ ਰਹੇ ਨੇ ਸੰਤੋਖ ਚੌਧਰੀ ਉਹਨਾਂ ਦੀ 14 ਜਨਵਰੀ ਨੂੰ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦੇ ਦੌਰਾਨ ਦਿਲ ਦਾ ਦੌਰਾ ਪੈਣ ਦੇ ਨਾਲ ਉਹਨਾਂ ਦੀ ਮੌਤ ਹੋ ਜਾਂਦੀ ਹੈ ਜਿਸ ਕਰਕੇ ਜਲੰਧਰ ਦੇ ਵਿੱਚ ਜ਼ਿਮਨੀ ਚੋਣ ਹੋਣ ਜਾ ਰਹੀ ਹੈ ਯਾਨੀ ਕਿ ਜਲੰਧਰ ਦੇ ਵਿੱਚ ਸੀਟ ਖਾਲੀ ਹੋ ਗਈ ਸੀ ਤਾਂ ਇਸ ਤੋਂ ਬਾਅਦ ਜਿਹੜਾ ਹੈਗਾ ਹੁਣ ਕਾਂਗਰਸ ਨੇ ਸਭ ਤੋਂ ਪਹਿਲਾਂ ਮਲ ਮਾਰੀ ਹੈ ਸੰਤੋਖ ਚੌਧਰੀ ਦੀ ਪਤਨੀ ਜਿਹੜੀ ਹੈਗੇ ਨੇ ਕਰਮਜੀਤ ਕੌਰ ਚੌਧਰੀ ਉਹਨਾਂ ਨੂੰ ਚੌਣ ਮੈਦਾਨ ਦੇ ਵਿੱਚ ਉਤਾਰਿਆ ਹੋਇਆ ਹਾਲਾਂਕਿ ਭਾਜਪਾ ਅਕਾਲੀ ਦਲ ਆਮ ਆਦਮੀ ਪਾਰਟੀ ਨੇ ਆਪਣਾ ਕੋਈ ਵੀ ਹਲੇ ਉਮੀਦਵਾਰ ਨਹੀਂ ਐਲਾਨਿਆ ਤਾਂ ਜੇਕਰ ਇਹ ਸਿਨੈਰੀਓ ਦੇਖਿਆ ਜਾਵੇ ਜਲੰਧਰ ਜ਼ਿਮਨੀ ਚੋਂ ਦਾ ਤਾਂ ਇੱਥੇ ਸਭ ਤੋਂ ਵੱਧ ਦਲਿਤ ਵੋਟ ਬੈਂਕ ਹੈ ਔਰ ਇਸ ਦਲਿਤ ਵੋਟ ਬੈਂਕ ਦਾ ਲਾਹਾ ਕੌਣ ਲਵੇਗਾ ਕਿਉਂਕਿ ਅਕਾਲੀ ਦਲ ਦੇ ਨਾਲ ਬਸ ਪਾਇਆ ਬਸ ਬਾਦ ਦਾ ਸੰਗਠਨ ਹੈ ਹਾਲਾਂਕਿ ਜੋ ਪਿਛਲੀਆਂ ਲੋ ਪੰਜਾਬ ਦੇ ਵਿੱਚ ਵਿਧਾਨ ਸਭਾ ਚੋਣਾਂ ਹੋਈਆਂ ਇਸ ਦੇ ਨਾਲ ਜ਼ਿਆਦਾ ਅਕਾਲੀ ਦਲ ਨੂੰ ਫਰਕ ਤਾਂ ਨਹੀਂ ਪਿਆ ਪਰ ਹੁਣ ਮੌਜੂਦਾ ਜੋ ਹਾਲਾਤ ਬਣੇ ਹੋਏ ਨੇ ਪੰਜਾਬ ਦੇ ਵਿੱਚ ਜਿਵੇਂ ਅਮਰਪਾਲ ਸਿੰਘ ਦੇ ਖਿਲਾਫ ਕਾਰਵਾਈਆਂ ਹੋਈਆਂ ਇਸ ਦਾ ਵਿਰੋਧ ਹੋ ਰਿਹਾ ਜਾਂ ਫਿਰ ਇਸ ਨੂੰ ਮੁੱਦਾ ਬਣਾਇਆ ਜਾ ਰਿਹਾ ਵਿਰੋਧੀ ਧਿਰਾਂ ਵੱਲੋਂ ਫਿਰ ਦੂਸਰਾ ਜੋ ਲਤੀਪੁਰਾ ਦੇ ਵਿੱਚ ਘਰ ਉਜਾੜੇ ਗਏ ਨੇ 50 ਦੇ ਕਰੀਬ ਪਰਿਵਾਰਾਂ ਦੇ ਘਰ ਤੋੜ ਦਿੱਤੇ ਗਏ ਨੇ ਇਹ ਮੁੱਦਾ ਵੀ ਜਿਹੜਾ ਹੈ ਕਾਫੀ ਜਲੰਧਰ ਦੇ ਵਿੱਚ ਹੈ ਔਰ ਇਸ ਮੁੱਦੇ ਤੇ ਕੀ ਆਮ ਆਦਮੀ ਪਾਰਟੀ ਦੀ ਸਰਕਾਰ ਇਸ ਤੋਂ ਉੱبر ਪਾਈਗੀ ਜਾਂ ਫਿਰ ਇਸ ਦੇ ਵਿੱਚ ਉਸ ਨੂੰ ਨੁਕਸਾਨ ਹੋਵੇਗਾ ਇਹ तमाम ਸਾਰੀਆਂ ਅੜਿੱਕੇ ਹੈਗੇ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਲਈ ਤਾਂ ਦੂਸਰੇ ਪਾਸੇ ਜੇਕਰ ਕਾਂਗਰਸ ਦੀ ਕੀ ਹੈ ਤਾਂ ਕਾਂਗਰਸ ਦੀ ਇੱਕ ਸਿੰਪਥੀ ਵੋਟ ਵੀ ਪੈ ਸਕਦੀ ਹੈ ਕਿਉਂਕਿ ਮਰਹੂਮ ਸੰਤੋਖ ਚੌਧਰੀ ਐਮਪੀ ਸਨ ਉਹਨਾਂ ਦੇ ਦੇਹਾਂਤ ਦੇ ਕਾਰਨ ਸੀਟ ਖਾਲੀ ਹੋਈ ਹੈ ਤੇ ਇਸ ਕਰਕੇ ਜਿਹੜਾ ਸੰਪਤੀ ਦੇ ਤੌਰ ਦੇ ਉੱਪਰ ਵੀ Obrigado, Congresso. ਇਸ ਦੇ ਵਿੱਚ ਅੱਗੇ ਆ ਸਕਦੀ ਹੈ ਪਰ ਫਿਲਹਾਲ ਇਹ ਜਲੰਧਰ ਦੀ ਜਨਤਾ ਨੇ ਤੈਅ ਕਰਨਾ ਹੈ ਕਿ ਕਿੰਨੇ ਕਿਹੜਾ ਉਹਨਾਂ ਨੂੰ ਉਮੀਦਵਾਰ ਚੰਗਾ ਲੱਗੇਗਾ ਤਾਂ ਜੋ ਮੌਜੂਦਾ ਹਾਲਾਤ ਨੇ ਉਸ ਨੂੰ ਧਿਆਨ ਦੇ ਵਿੱਚ ਲੱਗਦੇ ਹੋਏ ਅਜਿਹੇ ਸਾਰੇ ਪ੍ਰਾਵਧਾਨ ਦਿਖਣੇ ਹੋਣਗੇ ਕਿ ਕੀ ਕੀ ਇਸ ਚੋਣਾਂ ਦੇ ਵਿੱਚ ਨਿਕਲ ਕੇ ਸਾਹਮਣੇ ਆਂਦਾ ਤਾਂ ਜੇਕਰ ਦੂਸਰੇ ਪਾਸੇ ਸੰਗਰੂਰ ਦੇ ਬਾਈ ਇਲੈਕਸ਼ਨ ਦੀ ਗੱਲ ਕਰੀਏ ਤਾਂ ਉਸ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਨੁਕਸਾਨ ਹੋਇਆ ਸੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯਾਨੀ ਕਿ ਸਿਮਰਜੀਤ ਸਿੰਘ ਮਾਨ ਜਿਹੜੇ ਹੈ ਉੱਥੋਂ ਚੋਣ ਜਿੱਤ ਜਾਂਦੇ ਸੀ ਤਾਂ ਹੁਣ ਕੀ ਇਹ ਆਮ ਆਦਮੀ ਪਾਰਟੀ ਦੂਸਰੀ ਬਾਈ ਇਲੈਕਸ਼ਨ ਜਿੱਤ ਪਾਂਦੀ ਹੈ ਜਾਂ ਨਹੀਂ ਜਿੱਤ ਪਾਂਦੀ ਹਾਲਾਂਕਿ ਜੇਕਰ ਦੇਖਿਆ ਜਾਵੇ ਸਿਨੈਰੀਓ ਪਿਛਲਾ ਜੇਕਰ ਝਾਤ ਮਾਰੀ ਝਾਤ ਮਾਰ ਕੇ ਦੇਖੀ ਜਾਵੇ ਤਾਂ ਜਿਸ ਸੱਤਾ ਜਿਸ ਸੂਬੇ ਦੇ ਵਿੱਚ ਜਿਹੜੀ ਸੱਤਾ ਹੁੰਦੀ ਹੈ ਜਿੰਨੇ ਵੀ ਬਾਈ ਇਲੈਕਸ਼ਨ ਹੁੰਦੇ ਆ ਆਖਰ ਉਸ ਪਾਰਟੀ ਦੀ ਹੀ ਜਿੱਤ ਹੁੰਦੀ ਹੈ ਪਰ ਪੰਜਾਬ ਦੇ ਵਿੱਚ ਇਸ ਦਾ ਉਲਟ ਦੇਖਣ ਨੂੰ ਮਿਲਿਆ ਸੰਗਰੂਰ ਜ਼ਿਮਨੀ ਚੋਣ ਦੇ ਵਿੱਚ ਤੇ ਹੁਣ ਜਲੰਧਰ ਜ਼ਿਮਨੀ ਚੋਣ ਨੂੰ ਲੈ ਕੇ ਕੀ ਕੁਝ ਬਣਦਾ ਫਿਲਹਾਲ ਤਰੀਕਾਂ ਦਾ ਤਾਂ ਐਲਾਨ ਹੋ ਚੁੱਕਿਆ ਜਿਹੜੇ ਬਾਈ ਇਲੈਕਸ਼ਨ ਹੋਣੇ ਨੇ 10 ਮਈ ਤੋਂ ਜਲੰਧਰ ਦੇ ਵਿੱਚ ਲੋਕ ਸਭਾ ਦੀ ਜ਼ਿਮਨੀ ਚੋਣ ਹੋਣੀ ਹੈ 13 ਮਈ ਨੂੰ ਇਸ ਦੇ ਨਤੀਜੇ ਐਲਾਨ ਦਿੱਤੇ ਜਾਣਗੇ 13 April ਤੋਂ ਕਾਗਜ਼ ਭਰਨੇ ਸ਼ੁਰੂ ਹੋਣਗੇ 20 April ਨੂੰ ਆਖਰੀ ਤਰੀਕ ਹੈ ਕਾਗਜ਼ ਦਾਖਲ ਕਰਵਾਉਣ ਦੀ ਫਿਰ 21 ਤਰੀਕ ਨੂੰ ਜੋ ਨਾਮਜ਼ਦਗੀਆਂ ਭਰੀਆਂ ਗਈਆਂ ਉਸ ਦੇ ਕਾਗਜ਼ਾਂ ਦੀ ਪੜਤਾਲ ਹੋਵੇਗੀ ਫਿਰ 24 April ਨੂੰ ਨਾਮਜ਼ਦਗੀ ਜਿਹੜੇ ਚਾਹਦੇ ਨੇ ਕਿ ਅਸੀਂ ਚੋਣ ਨਹੀਂ ਲੜਨੀ ਉਹ ਆਪਣੇ ਵਾਪਸ ਲੈ ਸਕਦੇ ਨੇ